ਗੱਲਾਂ ਨਹੀਂ ਮੁੱਕਦੀਆਂ, ਬੰਦੇ ਮੁੱਕ ਜਾਂਦੇ ਨੇ। ਚਲੋ ਵੀ ਅਸੀਂ ਪਹੁੰਚੇ ਹੈਗੇ ਹਾਂ ਕੋਟਲੀ, ਇਹ ਇੱਧਰ ਨੂੰ ਜਾ ਰਹੇ ਸਿੰਧੂਆਂ ਬੇਟ ਵਾਲੇ ਪਾਸੇ। ਆਹ ਥੋੜ੍ਹੇ ਜਿਹੇ ਬਜ਼ੁਰਗ ਦਿਸੇ ਬੈਠੇ ਹੋਏ, ਮੈਂ ਕਿਹਾ ਚਲੋ ਗੱਲਾਂ ਹੀ ਕਰ ਲੈਂਦੇ ਇਹਨਾਂ ਦੇ ਨਾਲ। ਗੱਲਾਂ ਕੋਈ ਨਹੀਂ ਹੈ, ਗੱਲਾਂ ਸਮਾਜ ਦੀਆਂ ਨੇ, ਗੱਲਾਂ ਆਪਣੇ ਲੋਕਾਂ ਦੀਆਂ ਨੇ। ਦੇਖੋ ਸਾਰੇ ਲੋਕ ਇੱਥੇ ਬੈਠੇ ਨੇ, ਕਿਤੇ ਜਾਣਾ ਹੋਊਗਾ ਲੱਗਦਾ ਮੈਨੂੰ। ਹੋਰ ਜੀ ਬਾਬੂ ਜੀ ਕੀ ਹਾਲ ਚਾਲ ਹੈ? ਤੁਹਾਨੂੰ ਬੈਠੇ ਵੇਖ ਕੇ ਨਾ ਅਸੀਂ ਰੁਕ ਗਏ। ਮੈਂ ਕਿਹਾ ਲੈ ਵੀ ਸੀ ਉੱਧਰ ਗੱਲਾਂ ਕਰ ਲਈ ਹੈ ਕੋਟਲੀ ਦੇ ਲੋਕਾਂ ਦੇ ਨਾਲ। ਦੇਖੋ ਸਰਕਾਰਾਂ ਸਰੂਰ ਤਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਨੇ, ਕਦੀ ਕਾਂਗਰਸ ਦੀ ਆ ਗਈ, ਕਦੀ ਅਕਾਲੀਆਂ ਦੀ ਆ ਗਈ, ਕਦੀ ਬੀਜੇਪੀ ਦੀ ਆ ਗਈ, ਅਤੇ ਹੁਣ ਆ ਗਈ ਆਪਣੀ ਆਮ ਆਦਮੀ ਪਾਰਟੀ ਦੀ। ਕਹਿੰਦੇ ਸੀ ਅਸੀਂ ਬੜਾ ਸੁਧਾਰ ਕਰ ਦੇਣਾ ਹੈਗਾ ਵਾ। ਅਸਾਂ ਇਹੀ ਪੁੱਛਣ ਦੇ ਲਈ ਵੀ ਪੰਜਾਬ ਬੋਲਦਾ ਵੀ ਜਿੱਦਾਂ ਚਿੱਟੇ ਦਾ ਕੰਮ ਵੱਧ ਗਿਆ, ਵੱਧ ਗਿਆ ਚਿੱਟਾ ਦੁਕਾਨਾਂ ਤੇ ਮਿਲਦਾ ਹੁਣ, ਹੋਰ ਅੱਗੇ ਮਿਲਦਾ ਸੀ, ਹੁਣ ਦੁਕਾਨਾਂ ਤੇ ਮਿਲਣ ਲੱਗ ਗਿਆ। ਰੇਟ ਵਧੀ ਜਾਣੇ ਹੈ, ਨਹੀਂ ਕਹਿੰਦੇ ਬਦਲਾਵ ਤਾਂ ਲੈ ਆਂਦਾ, ਬਦਲਾਵ ਲੈ ਆਂਦਾ, ਰੇਟ ਵਧ ਗਿਆ, ਰੇਟ ਬਦਲਾਵ ਆ ਗਿਆ। ਜਿਵੇਂ ਤੁਸੀਂ ਸਾਨੂੰ ਦੇਖਿਆ, ਹੁਣ ਥੋੜਾ ਧਿਆਨ ਰੱਖੋ, ਦੋ ਇੱਕ ਮੋਟਰਾਂ ਤੇ ਜਾਓ ਤਾਂ ਟੀਕੇ ਵਾਲੇ ਸਾਂਝ ਤੁਹਾਨੂੰ ਐਂ ਲੱਗਦੇ ਲਾਉਂਦੇ ਹੀ ਮਿਲ ਜਾਣਗੇ। ਕਮਰਾ ਕੋਲੇ ਹੈਗਾ ਜੀ ਇੱਕ ਮੋਟਰ ਜੀ ਆ, ਉੱਥੇ ਦੋ ਚਾਰ ਬੈਠੇ ਹੋਣੇ ਨਾਲੇ ਚ, ਨਹੀਂ ਫਿਰ ਮੁੰਡੇ ਮਾਂ ਪਿਓ ਨਹੀਂ ਰੋਕਦੇ, ਮਾਪੇ ਮਾਂ ਪਿਓ ਮਾਂ ਪਿਓ ਨਹੀਂ, ਮਾਂ ਪਿਓ ਨੂੰ ਕੋਈ ਨਹੀਂ ਖੜਦਾ। ਬੱਚੇ ਬਾਹਰ ਚਲੇ ਗਏ ਤਾਂ ਮਤਲਬ ਚੰਗੇ ਰਹਿ ਗਏ, ਬੰਨਾ ਸਾਹਿਬ ਪਤਾ ਨੀ ਖਾਂਦੇ ਸੀ ਉਹ, ਨਿਕਲ ਗਏ। ਚਲੋ ਇਹਦਾ ਮਤਲਬ ਆ ਗਈ ਉੱਥੋਂ ਬਚਾਅ ਹੋ ਗਿਆ, ਬਚਾਅ ਹੋ ਗਿਆ, ਚੱਲ ਕੋਈ ਗੱਲ ਨਹੀਂ, ਗੱਲਬਾਤ ਹੀ ਕਰਨੀ ਹੈਗੀ ਆਪਾਂ, ਕਿਹੜਾ ਇੱਥੇ ਕਿਸੇ ਨੂੰ ਕਹਿਣਾ ਹੈਗਾ ਵਾ, ਆਪਾਂ ਤਾਂ ਸਮਾਜ ਦੀਆਂ ਗੱਲਾਂ ਕਰਨੀਆਂ ਨੇ। ਆ ਕਹਿੰਦੇ ਖੇਤੀ ਪ੍ਰਬੰਧ ਚੰਗੇਰਾ ਅੰਨ ਧੰਨ ਵਧੇਰਾ, ਤੇ ਇਹ ਤਾਂ ਸਮਾਜ ਮੁੰਡਾ ਆ ਗਿਆ। ਕਾਕਾ ਕੀ ਹਾਲ ਹੈ? ਲੈ ਵੀ ਤੇਰੀ ਪਰਸਨੈਲਿਟੀ ਕੰਮ ਕਰਕੇ ਆਇਆ, ਦਿਹਾੜੀ ਲਾ ਕੇ ਆਇਆ? ਹਾਂਜੀ ਹਾਂਜੀ, ਪੇਂਟਰ ਦਾ ਕੰਮ ਕਰਦਾ? ਹਾਂਜੀ ਪੇਂਟਰ ਦਾ ਕੰਮ ਕਰਦੇ, ਪੇਂਟ ਦਾ ਕੰਮ ਕਰਦੇ। ਓਏ ਮੁੰਡਾ ਕਰਦੇ ਕਾਕਾ, ਆਏ ਤੇ ਸੋਹਣੇ ਲੱਗਦਾ ਤੂੰ, ਹੋਰ ਕਿੱਦਾਂ। ਬਸ ਮੈਂ ਇਧਰੋਂ, ਮੈਂ ਤਾਂ ਇਧਰੋਂ ਆਇਆ ਸੀ ਚੱਲਦੇ ਚੱਲਦੇ, ਅਸਲ ਨਾ ਫਿਰ ਪੁੱਛਣ ਲਈ ਆਏ ਲੋਕਾਂ ਨੂੰ ਵੀ ਪੰਜਾਬ ਵਿੱਚ ਬਦਲਾਵ ਆਇਆ ਹੈਗਾ ਵਾ, ਸਰਕਾਰਾਂ ਬਦਲੀਆਂ ਨੇ। ਕਹਿੰਦੇ ਲੋਕਾਂ ਨੂੰ ਬੜਾ ਫਾਇਦਾ ਹੋਣਾ ਹੈਗਾ, ਲੋਕਾਂ ਦੀ ਤਰੱਕੀਆਂ ਹੋਣੀਆਂ ਨੇ, ਹੈਂ ਲੋਕਾਂ ਦੇ ਭਾਗ ਖੁੱਲ੍ਹ ਗਏ। ਤਾਂ ਬਦਲਾਅ ਨਹੀਂ ਹੋਇਆ ਜੀ, ਕੋਈ ਬਦਲਾਅ ਨਹੀਂ ਹੋਇਆ। ਮੈਂ ਤਾਂ ਸਿਰਫ ਇੱਧਰ ਇਲਾਕੇ ਸੁਣਦਾ, ਮੈਂ ਬਾਕੀ ਉੱਧਰ ਗਿਆ, ਦੂਜੇ ਸ਼ਹਿਰਾਂ ਦੇ ਵਿੱਚ ਗਿਆ ਵਾਂ, ਹੁਸ਼ਿਆਰਪੁਰ ਵਾਲੇ। ਸਾਡੇ ਲੁਧਿਆਣੇ ਏਰੀਏ ਦਾ ਕੋਈ ਨਹੀਂ ਦਿੱਤਾ ਉਹਨਾਂ ਨੇ। ਅੱਛਾ, ਜ਼ਿਲ੍ਹੇ ਸਾਡੇ ਨੂੰ ਉਹ ਮਿਲਿਆ ਜੀ, ਆਹ ਸਾਡੇ ਬੈਠੇ ਆ। ਅਕਾਲੀਆਂ ਦੇ ਰਾਜ ਚ ਵਧੀਆ ਸੀਗਾ, ਅਕਾਲੀਆਂ ਦਾ ਰਾਜ ਬਹੁਤ ਵਧੀਆ ਸੀਗਾ। ਅਸੀਂ ਅੱਜ ਵੀ ਗੱਲਾਂ ਕਰਦੇ ਹਾਂ, ਅਕਾਲੀ ਕਾਂਗਰਸ ਚਲੋ ਕਹਿੰਦੇ ਤਾਂ ਪਾਰਟੀਆਂ ਦੋਨੇ ਵਧੀਆ ਸੀਗੀਆਂ, ਪਰ ਰਾਜ ਜਿਹੜਾ ਅਕਾਲੀਆਂ ਨੇ ਕੀਤਾ ਉਹੀ ਕੀਤਾ ਉਹਨਾਂ ਨੇ ਕੀਤਾ ਆ, ਉਹਨਾਂ ਚ ਸਭ ਕੁਛ ਮਿਲਿਆ ਆ। ਰਾਜ ਕਿੱਧਰ ਗਏ ਜੀ? ਕਿੰਨੇ ਸੀ ਐਮ ਚੇਂਜ ਹੋ ਗਏ, ਕਿੰਨੇ ਵਰਲਡ ਕੱਪ ਹੋਏ ਕਬੱਡੀ ਦੇ, ਉਦੋਂ ਨੌਜਵਾਨ ਜਾਂਦੇ ਵੀ ਸੀਗੇ, ਹੁਣ ਕਿੱਥੇ ਜਾਂਦੇ? ਨੌਜਵਾਨ ਚਿੱਟੇ 'ਚ ਜਾਂਦੇ ਆ, ਖਤਮ ਹੀ ਹੁੰਦਾ ਪੰਜਾਬ, ਚਿੱਟਾ ਕਹਿੰਦੇ ਬੰਦ ਹੋ ਗਿਆ। ਚਿੱਟਾ ਕਿੱਥੇ ਬੰਦ ਹੁੰਦਾ? ਕੁੱਲਾ ਚੱਲ ਜਾਓ, ਸਾਡੇ ਇੱਥੇ ਨਾਲ ਹੀ ਆ, ਸ਼ਰੇਆਮ ਚੱਲਦਾ ਕੰਮ। ਮੇਰਾ ਨਜਾਇਜ਼ ਨਾ ਲਿਆ ਹੋਇਆ, ਕੁੱਲਾ ਦੇ ਬੰਦੇ ਨਹੀਂ ਵੀ ਭੱਠੇ ਤੇ ਲਿਆ ਕੇ ਮੈਂ ਵੇਚਦਾ ਕੁੱਲਾ 'ਚ ਜਾ ਕੇ। ਉਹੀ ਤਾਂ ਗੱਲ ਆ ਜੀ, ਹੁਣ ਦੇਖੋ ਤਾਂ ਕੁੱਲਾ ਪਿੰਡ ਜੀ ਆ ਕੇ ਸਾਰਿਆਂ ਦੇ ਘਰਾਂ 'ਚ ਏ ਸੀ ਕੋਠੀਆਂ ਪਾਈਆਂ ਹੋਈਆਂ। ਸਾਡੇ ਪਿੰਡ ਕਿੱਥੇ ਕੋਠੀਆਂ ਦੇ ਲਓ, ਮੇਨ ਮੈਨ ਆ ਜਿਹੜੇ ਜ਼ਿਮੀਦਾਰ ਆ ਉਹਨਾਂ ਦੇ ਆ, ਗਰੀਬ ਤਾਂ ਉਵੇਂ ਹੀ ਆ, ਗਰੀਬ ਦਾ ਗਰੀਬ ਹੋਈ ਜਾਂਦਾ, ਅਮੀਰ ਅਮੀਰ ਦਾ ਅਮੀਰ ਹੋਈ ਜਾਂਦਾ ਜੀ। ਬਾਲ ਪੱਟੀ ਲੈਣ ਚੱਲਿਆ ਸੀ ਮੈਂ, ਕਿਹਾ ਚੱਲ ਇੰਟਰਵਿਊ ਵਾਲਾ ਆਇਆ ਹੋਇਆ ਮਿਲ ਲਈਏ। ਕਹਿੰਦੇ ਸਮਾਜ ਦਾ ਭਲਾ ਹੋਣਾ ਚਾਹੀਦਾ ਵਾ, ਹੋਰ ਇੱਥੇ ਕਿਹੜਾ ਹੈਗਾ ਵਾ, ਮੈਂ ਦੇਣਾ ਕਾਰਡ। ਠੀਕ ਹੈ ਜੀ।
ਹੋਰ ਜੀ ਕੀ ਹਾਲ ਏ ਅਸਵਸਥ ਬੈਠੇ ਹੋ ਕੀ ਗੱਲ ਆ ਅਸਵਸਥ ਬੈਠੇ ਹੋ ਰਹਿਣ ਦੇ ਦੁਬਾਰਾ ਓ ਯਾਰ ਕੀ ਮੈਂ ਕੋਈ ਗੱਲਾਂ ਥੋੜੀ ਕਰਨ ਲੱਗਾ ਬਾਬੂ ਜੀ ਤੁਹਾਡੇ ਨਾਲ ਓ ਸਾਨੂੰ ਪਤਾ ਜਿਹੜਾ ਕੋ ਤੁਸੀਂ ਕਰਦੇ ਕੀ ਕਰਦੇ ਆ ਅਸੀਂ ਇੱਥੇ ਗੱਲ ਹੀ ਕਰਦੇ ਹੈਗੇ ਆ ਤੁਹਾਨੂੰ ਕੋਈ ਭਲਾ ਤੁਹਾਡਾ ਹੋਇਆ ਸਰਕਾਰਾਂ ਦੇ ਕੋਲ ਮੰਗਦੇ ਪਏ ਹਾਂ ਕੁਛ ਅਸੀਂ ਲੋਕਾਂ ਨੂੰ ਦੱਸਣ ਲਈ ਹਾਂ ਸਰਕਾਰ ਨੂੰ ਦੱਸਣ ਲਈ ਹਾਂ ਵੀ ਸਾਡੇ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ ਭਲਾ ਹੋਇਆ ਕਿ ਨਹੀਂ ਹੋਇਆ ਸਰਕਾਰਾਂ ਨੂੰ ਦੱਸਣਾ ਵੀ ਹੈ ਕਿ ਨਹੀਂ ਦੱਸਣਾ ਸਰਕਾਰਾਂ ਤਾਂ ਕਹਿੰਦੀਆਂ ਬਾਈ ਸਾਡਾ ਬਹੁਤ ਕੰਮ ਕਰਦੇ ਲੋਕਾਂ ਦੇ ਲੋਕਾਂ ਦੇ ਕੰਮ ਹੋਏ ਕਿ ਨਹੀਂ ਹੋਏ ਤੁਸੀਂ ਨਹੀਂ ਬੋਲੋਗੇ ਤਾਂ ਕੌਣ ਬੋਲੂਗਾ ਪੰਜਾਬ ਬੋਲਦਾ ਪੰਜਾਬ ਵਿੱਚ ਤੁਸੀਂ ਵੀ ਤਾਂ ਹੈਗੇ ਹੋ ਪੰਜਾਬ ਬੋਲੂਗੇ ਤਾਂ ਗੱਲ ਬਣੂਗੀ ਗੁੱਸੇ ਲੱਗਦੇ ਹੈਗੇ ਹੈ ਬਾਬੂ ਜੀ ਗੁੱਸੇ ਲੱਗਦੇ ਹੈ ਨਹੀਂ ਨਹੀਂ ਗੁੱਸੇ ਹੈ ਬਾਬਾ ਜੀ ਕਹਿੰਦੇ ਹੈਗੇ ਆ ਵੀ ਮੈਂ ਬੋਲਣਾ ਨਹੀਂ ਹੈਗਾ ਮੈਂ ਕਿਹਾ ਚੱਲ ਅਸੀਂ ਰੁਕ ਗਏ ਅਸੀਂ ਜਾਂਦੇ ਜਾਂਦੇ ਜੇ ਬਾਈ ਚਾਂਸ ਅਤੇ ਮੈਂ ਕਿਹਾ ਵੀ ਪੰਜਾਬ ਬੋਲਦਾ ਭਗਵੰਤ ਮਾਨ ਕਹਿੰਦਾ ਜਿਸ ਨੂੰ ਦੁੱਖ ਤਕਲੀਫ ਆ ਮੈਨੂੰ ਦੱਸੋ ਐਸਾ ਤਾਂ ਕੋਈ ਤਕਲੀਫ ਨਹੀਂ ਹੈ ਬਾਕੀ ਸਭ ਠੀਕ ਠਾਕ ਚੱਲ ਰਿਹਾ ਅਭੀ ਹਾਂ ਹਾਂ ਯਹੀ ਤਾਂ ਬਾਤ ਹੈ ਨਾ ਤੋ ਅਭੀ ਸਭ ਠੀਕ ਠਾਕ ਚੱਲ ਰਿਹਾ ਹੈ ਬਾਈ ਤੋ ਹੈ ਨਾ ਜਿਤਨੇ ਲੋਕ ਬੋਲਦੇ ਆ ਆਪਣੀ ਬਾਤ ਬਤਾਣੀ ਚਾਹੀਏ ਨਾ ਸਭੀ ਕੋ ਹਾਂ ਦੇਖਿਓ ਵੀ ਕਹਿੰਦੇ ਜੇ ਸਭ ਠੀਕ ਠੂਕ ਚੱਲ ਰਿਹਾ ਹੈ ਤੋ ਐਸੀ ਕੋਈ ਬਾਤ ਨਹੀਂ ਹੈ ਤੋ ਆਹ ਮੁੰਡਾ ਦੱਸੂਗਾ ਹੈ ਔਰ ਕੀ ਔਰ ਨਹੀਂ ਨਹੀਂ ਗੱਲ ਪਤਾ ਕੀ ਚੜ੍ਹਾਈ ਚੜ੍ਹ ਜਾਂਦੀ ਹੈ ਪਿੰਡ ਨੂੰ ਆਹ ਪਿੰਡ ਦਾ ਟਿੱਲਾ ਜਿਹਾ ਲੱਗਦਾ ਮੈਨੂੰ ਹੈ ਨਾ ਆਹ ਟਿੱਲਾ ਜਿਹਾ ਲੱਗਦਾ ਉੱਚਾ ਪਿੰਡ ਹੈ ਨਾ ਹੋਰ ਕੀ ਹਾਲ ਹੈ ਵਧੀਆ ਜੀ ਪਿੰਡ ਹੀ ਨਾ ਮੇਰਾ ਪਠਾਣਾ ਪਿੰਡ ਹੀ ਆ ਅੱਛਾ 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 ਉਹ ਸੀ ਨਾ ਇੱਧਰ ਪੁੱਛਣ ਆਏ ਭਗਵੰਤ ਮਾਨ ਕਹਿੰਦਾ ਵੀ ਜਿਹੜੇ ਬੰਦੇ ਨੂੰ ਪਿੰਡਾਂ ਜਾਓ ਦੇਖੋ ਪੰਜਾਬ ਬੋਲਦਾ ਕਿ ਦੁੱਖ ਤਕਲੀਫ ਆ ਮੈਨੂੰ ਦੱਸੋ ਅਤੇ ਮੈਂ ਕਿਹਾ ਪੰਜਾਬ ਦਾ ਬੜਾ ਚੰਗਾ ਲੱਗਦਾ ਵੀ ਇੱਥੇ ਵਧੀਆ ਸਾਰਾ ਪੰਜਾਬ ਹਾਂ ਹਾਂ ਪੰਜਾਬ ਵਧੀਆ ਸਾਰਾ ਹਾਂ ਕਾਰੋਬਾਰ ਠੀਕ ਆ ਪੰਜਾਬੀ ਪੰਜਾਬੀ ਇੱਥੋਂ ਸਾਰਾ ਕੁਝ ਸਮਾਨ ਇੱਥੋਂ ਹੀ ਆਉਂਦਾ ਵਾ ਪੰਜਾਬ 'ਚੋਂ ਹੀ ਅੱਛਾ ਅੱਛਾ ਅਤੇ ਖਾਣ ਪੀਣ ਖੁੱਲ੍ਹਾ ਹੋ ਗਿਆ ਹੁਣ ਹੈ ਨਾ ਖਾਣ ਪੀਣ ਕਾਹਦਾ ਜਿਹੜੇ ਕਿ ਇੱਦਾਂ ਪਹਿਲੇ ਦੂਰ ਦੂਰ ਠੇਕੇ ਹੁੰਦੇ ਸੀ ਨੇੜੇ ਨੇੜੇ ਆ ਗਏ ਹੁਣ ਕਿਹੜੇ ਠੇਕੇ ਦਾਰੂ ਵਾਲੇ ਹਾਂ ਹਾਂ ਹੁਣ ਪਹਿਲੇ ਦੂਰ ਦੂਰ ਹੁੰਦੇ ਸੀਗੇ ਹੁਣ ਬੰਦੇ ਨੂੰ ਦੂਰ ਜਾਣ ਦੀ ਲੋੜ ਨਹੀਂ ਹੈਗੀ ਕਿੱਥੇ ਆ ਗਏ ਜਿੱਦਾਂ ਹੁਣ ਇੱਥੇ ਪਿੰਡ ਖੁੱਲ੍ਹੇ ਹੈਗੇ ਉੱਧਰ ਖੁੱਲ੍ਹੇ ਹੈਗੇ ਉੱਧਰ ਬੰਦੇ ਜਿਹੜੇ ਹੈਗੇ ਆ ਨਹੀਂ ਦੇਖੋ ਤੇ ਆਪਾਂ ਦਾਰੂ ਦੀ ਗੱਲ ਸੁਣ ਲਓ ਮੇਰੀ ਗੱਲ ਹਾਂ ਦਾਰੂ ਤੋਂ ਆਪਾਂ ਪਿੱਛੇ ਹਾਂ ਨਹੀਂ ਪੀਂਦੇ ਨਹੀਂ ਪੀਂਦੇ ਪੀਣੀ ਵੀ ਨਹੀਂ ਚਾਹੀਦੀ ਭਾਜੀ ਇਹਨੇ ਪਤਾ ਗੱਲ ਕੀ ਹੈਗੀ ਆ ਪੈਸੇ ਦੀ ਬਰਬਾਦੀ ਹੈਗੀ ਆ ਘਰ ਕਲੇਸ਼ ਪੈਂਦੇ ਹੈਗੇ ਆ ਇਹ ਤਾਂ ਗੱਲ ਹੈ ਹਾਂ ਜੇ ਆਪਾਂ ਪੀਵਾਂਗੇ ਤੇ ਆਪਣਾ ਸਰੀਰ ਤੇ ਨੁਕਸਾਨ ਆ ਨਹੀਂ ਦੇਖੋ ਪੀਂਦੇ ਆ ਅਸੀਂ ਕੋਈ ਨਹੀਂ ਅਸੀਂ ਦਿਹਾੜੀ ਵਾਲੇ ਜੋ ਉੱਤੇ ਬੰਦੇ ਆ ਦਿਹਾੜੀ ਕਰਦੇ ਆ ਸਾਡੇ ਤੁਸੀਂ ਦਿਹਾੜੀ ਦੇਰ ਬੰਦੇ ਆ ਅੱਛਾ 500 ਰੁਪਏ ਦਿਹਾੜੀ ਆ ਜਾਂਦਾ ਤਾਂ ਉਹ ਭਗਵਾਨ ਦਾ 600 ਵਧਾਵੇ ਹਾਂ ਦਿਹਾੜੀ 600 ਰੁਪਏ ਚਾਹੀਦੀ ਆ ਕਿ 500 ਦਾ ਕੀ ਬੰਦਾ ਵਾ 500 ਬਣਦਾ 600 ਰੁਪਏ ਦਿਹਾੜੀ ਚਾਹੀਦੀ ਆ ਦਿਹਾੜੀਆਂ 15-20 ਲੱਗਦੀਆਂ ਮਹੀਨੇ ਦੇ ਕਿਹੜੇ ਰੋਜ਼ ਲੱਗਦੀ ਆ ਰੋਜ਼ ਨਹੀਂ ਲੱਗਦੀ ਹਾਂ ਉਹ ਜਾ ਕੇ 10,000 ਰੁਪਏ ਪੈਂਦੇ ਮਹੀਨੇ ਦੇ ਰੋਜ਼ ਨਹੀਂ ਲੱਗਦੀ ਹੈਗੀ ਹਾਂ ਹਾਂ ਇਹ ਸਾਰੇ ਮੈਂ ਸਰਕਾਰ ਨੂੰ ਚਾਹੀਦਾ ਵਧਾਵੇ ਹੋਰ ਜੀ ਕੀ ਹਾਲ ਏ ਮੈਂ ਮੁੰਡੇ ਨੂੰ ਪੁੱਛ ਰਿਹਾ ਸੀਗਾ ਭਗਵੰਤ ਮਾਨ ਕਹਿੰਦਾ ਵੀ ਮੈਂ ਪੰਜਾਬ ਬੋਲਦਾ ਮੈਂ ਕਿਹਾ ਭਾਈ ਦੁੱਖ ਤਕਲੀਫ ਤਾਂ ਨਹੀਂ ਕਾਕਾ ਕਹਿੰਦਾ ਨਹੀਂ ਠੀਕ ਠਾਕ ਚੱਲਦਾ ਪਿਆ ਹੈਗਾ ਵਾ ਕਹਿੰਦਾ ਦਿਹਾੜੀ ਵਧਾ ਦਿਓ 500 ਤੇ 600 ਕਰੋ ਆਪਣਾ ਲੁਧਿਆਣਾ ਤਾਂ 600 ਹੀ ਆ ਸ਼ਹਿਰ ਦੇ ਵਿੱਚ ਤਾਂ ਠੀਕ ਆ ਆਹੋ ਹੋਰ ਤਾਂ ਵੈਸੇ ਤਕਲੀਫ ਕੋਈ ਨਹੀਂ ਹੈਗੀ ਨਹੀਂ ਕੋਈ ਤਕਲੀਫ ਨਹੀਂ ਹੈਗੀ ਇਹਦਾ ਵਾਕਿਆ ਨੂੰ ਹਾਜ਼ਮ ਨਹੀਂ ਹੁੰਦਾ ਗਾ ਚੱਕਰ ਦੇ ਪਾਰਟੀ ਆਈ ਹੈ ਕਰਕੇ ਨਾ ਹਾਜ਼ਮ ਨਹੀਂ ਹੋ ਰਹੀ ਤੇ ਉਹਨਾਂ ਨੇ ਜਿੰਨੇ ਵੀ ਮਾਰੇ ਆ ਡਾਕੇ ਹੀ ਮਾਰੇ ਨੇ ਸਾਰਿਆਂ ਲੁੱਟਿਆ ਉਹਨਾਂ ਜਦੋਂ ਵੋਟਾਂ ਦੇ ਵਿੱਚ ਪੈਸੇ ਦਿੰਦੇ ਹਰੇਕ ਘਰ ਨੂੰ 15,000-20,000 ਰੁਪਇਆ ਉਹ ਕਿੱਥੋਂ ਆਉਂਦਾ ਤੂੰ ਮੇਰੀ ਜੇਬ 'ਚੋਂ ਥੋੜ੍ਹੀ ਦੇਵੇਂਗਾ ਤੂੰ ਬਿਲਕੁਲ ਬਿਲਕੁਲ ਆਪਾਂ ਲੋਕਾਂ ਨੂੰ ਦੇਵਾਂਗੇ ਲੋਕਾਂ ਤੋਂ ਖੋਹ ਕੇ ਹੀ ਅਸੀਂ ਦੇਵਾਂਗੇ ਹਾਂ ਬਸ ਠੀਕ ਹੈ ਕੀ ਹਾਲ ਹੈ ਤੇਰਾ ਆ ਲੈ ਵੀ ਬਾਬੂ ਇੱਧਰ ਆ ਥੋੜ੍ਹਾ ਜਿਹਾ ਇੱਧਰ ਆ ਇੱਧਰ ਮੇਰੇ ਵੱਲ ਮੂੰਹ ਕਰ ਹਾਂ ਆ ਬਾਬੂ ਕਹਿੰਦਾ ਵੀ ਮੈਂ ਖਾਂਦਾ ਪੀਂਦਾ ਨਹੀਂ ਬਿਲਕੁਲ ਦਿਹਾੜੀ ਕਰਦਾ ਦਿਹਾੜੀ ਮੇਰੀ ਬਹੁਤ ਘੱਟ ਆ 500 ਆ 600 ਚਾਹੀਦੀ ਹੈ ਦਿਹਾੜੀ ਦੀ ਦਿਹਾੜੀ ਜਿਹੜਾ 20 ਦਿਹਾੜੀਆਂ ਲੱਗਦੀਆਂ ਨੇ ਮਜ਼ਦੂਰ ਆਦਮੀ ਦੀਆਂ ਹਾਂ ਜੀ ਹਾਂ ਉਹ ਤਾਂ ਆਪਦੇ ਸਿਰ ਤੇ ਆ ਦਿਹਾੜੀਆਂ ਦਾ ਦਿਹਾੜੀ ਤਾਂ ਵਧਾਉਂਦੇ ਨਹੀਂ ਹੈਗੇ ਮਜ਼ਦੂਰ ਦੀ ਦਿਹਾੜੀ ਥੋੜ੍ਹੀ ਵਧਾਉਂਦੇ ਆ ਬਾਕੀ ਸਾਰੀ ਤੇਰੀ ਤੇਰੀ ਕਿੰਨੀ ਦਿਹਾੜੀ ਕਿੰਨੀ ਮਿਲਦੀ ਹੈ ਪਿੰਡਰ ਨੂੰ ਮੈਨੂੰ 600 ਰੁਪਇਆ ਦਿਹਾੜੀ ਹੈ ਮੈਂ ਠੇਕੇਦਾਰ ਹਾਂ ਅੱਛਾ ਅੱਛਾ ਤੇ ਬਾਕੀ ਮੁੰਡਿਆਂ ਨੂੰ ਤੂੰ ਕੀ ਦੇਣਾ 500 ਰੁਪਇਆ ਦੇਣਾ ਹਾਂ ਤੇ ਤੁਸੀਂ ਕੀ ਕੰਮ ਕਰ ਲੈਂਦੇ ਹੋ ਕੰਮ ਇਹ ਨਾਲ ਪੇਂਟ ਦਾ ਕੰਮ ਕਰਦੇ ਕਰਦੇ ਤੁਸੀਂ ਅੱਛਾ ਅੱਛਾ ਹਾਂ ਉਹ ਪ੍ਰਧਾਨ ਇੱਧਰ ਆ ਉਹ ਇੱਧਰ ਪ੍ਰਧਾਨ ਤੂੰ ਆ ਨਹੀਂ ਨਹੀਂ ਸਾਈਕਲ ਆਜੋ ਪ੍ਰਧਾਨ ਜੀ ਗੱਲ ਇੰਜ ਆ ਇੱਧਰ ਆਜੋ ਸੁਧਾਰਨ ਲਈ ਆਏ ਪਿੰਡ ਦੇ ਤੁਹਾਡੇ ਰੁਕ ਗਏ ਅਸੀਂ ਵੀ ਭਗਵੰਤ ਮਾਨ ਕਹਿੰਦਾ ਕੋਈ ਦੁੱਖ ਤਕਲੀਫ ਆ ਮੈਨੂੰ ਦੱਸੋ ਕਿਸੇ ਦੇ ਪੈਸੇ ਨੀ ਦਿੰਦੇ ਕਿਸੇ ਨੂੰ ਮਰਜ਼ੀ ਨਾਲ ਹਟਾ ਦਿੰਦੇ ਆ ਤੇ ਆਹੀ ਤਕਲੀਫ ਆ ਹੋਰ ਪਿੰਡ ਦੀ ਹੈਗੀ ਤਕਲੀਫ ਵੀ ਨਸ਼ਿਆਂ ਤੋਂ ਜਵਾਕ ਬਚੇ ਰਹਿਣ
ਉਹਦਾ ਥੋੜਾ ਪਰਾਲਾ ਕੀਤਾ। ਨਸ਼ੇ ਕਹਿੰਦੇ ਬੰਦ ਹੋ ਗਏ ਆ? ਬੰਦ ਬੁੰਦ ਨਹੀਂ ਹੋਏ ਹਜੇ, ਇਹ ਗੱਲਾਂ ਚ ਬੰਦਾ ਊ ਨਹੀਂ ਬੰਦ ਹੈਗੇ। ਆਟਾ ਬੰਦਾ ਨਸ਼ਾ ਖੁੱਲਾ। ਅੱਛਾ ਅੱਛਾ, ਆਟਾ ਦਾ ਬੰਦ ਨਸ਼ਾ ਖੁੱਲਾ, ਜਿੰਨਾ ਮਰਜ਼ੀ ਲੈ ਲਓ। ਅੱਛਾ, ਆਟਾ ਦਾ ਨਹੀਂ ਮਿਲਦੀ, ਨਸ਼ਾ ਮਿਲ ਜਾਂਦਾ ਵਾ। ਨਸ਼ਾ ਦੁਕਾਨਾਂ ਗੂਈਆਂ। ਹਾਂ ਹਾਂ ਹਾਂ, ਹੋਰ ਬਾਕੀ ਗੱਲ ਨਹੀਂ ਕਰੇ ਸਰਕਾਰ। ਹਾਂ ਸਰਕਾਰ ਥੋੜਾ ਸੋਚਣੀ। ਉਹ ਆ ਜਾਓ, ਕਿਉਂ ਦੂਰ ਖੜ ਗਏ? ਉਹ ਗੱਲਾਂ ਕਰਦੇ ਪਏ ਆ, ਉਹ ਵੈਸੇ ਗੱਲਾਂ ਕਰ ਰਹੇ ਸੀਗੇ ਪਿੰਡ ਦੀਆਂ ਗੱਲਾਂ ਕਰ ਰਹੇ ਸੀ ਅਸੀਂ। ਬਈ ਮੈਂ ਕਿਹਾ ਹੁਣ ਪਹਿਲੇ ਕਾਂਗਰਸ ਸੀਗੇ, ਅਕਾਲੀ ਸੀਗੇ, ਤੇ ਹੁਣ ਵਧੀਆ ਕਹਿੰਦੇ ਸਰਕਾਰ ਆਈ ਹੈਗੀ। ਇਹ ਭਗਵੰਤ ਮਾਨ ਕਹਿੰਦਾ ਮੈਨੂੰ ਦੱਸੋ ਕੋਈ ਦੁੱਖ ਤਕਲੀਫ ਆ ਤਾਂ ਕਹਿੰਦਾ ਮੈਂ ਦੂਰ ਕਰਾਂਗਾ। ਅੱਜ ਕਹਿੰਦਾ ਲੋਕੀ ਨਹੀਂ ਬੋਲਦੇ, ਪੰਜਾਬ ਬੋਲਦੇ ਨਹੀਂ। ਅੱਗੇ ਕੀ ਕੀਤਾ? ਅੱਗੇ ਤਾਂ ਚਲੋ ਕਰਿਆ ਤਾਂ ਕੁਛ ਨੀ ਗਾ। ਅੱਗੇ ਫਾਰਮ ਭਰ ਕੇ ਲੈ ਗਏ ਸੀ, ਕਿਸੇ ਨੂੰ ਕੁਛ ਦਿੱਤਾ ਨਹੀਂ। ਬੱਤੀ ਤਾਂ ਫ੍ਰੀ ਹੋਈ ਹੈ ਨਾ? ਹਜ਼ਾਰ ਪੰਜਾਬ ਦੀ ਕੋਈ ਦਿਉਂਦੀ ਸੈਂਟਰ ਦੀ ਸਰਕਾਰ ਆਉਂਦੀ ਆ, ਹੁਣ ਵੀ 5 ਸਾਲ ਦੱਲੀਆਂ ਨੇ ਮੋਦੀ ਨੇ। ਫੇਰ ਡੋਡੇ ਬੀਜੋ ਨੂੰ ਦੇਵਾਂਗੇ, ਡੋਡੇ ਤੇ ਪੈਸਾ ਚਿੱਟਾ ਮਿਲੀ ਜਾਂਦਾ। ਡੋਡੇ ਮਿਲਦੇ ਕੋਈ ਨੀ, ਬੰਦੇ ਕੰਮ ਨੀ, ਉਹ ਘਰੇ ਬੈਠੇ ਆ, ਕਣਕਾਂ ਬੀਜਣ ਵਾਲੀਆਂ ਪਈਆਂ, ਪਰਾਲੀ ਢੋ ਹੁੰਦੀ ਆ, ਚੱਕ ਹੁੰਦੀ ਆ, ਪਰਾਲੀ ਛੱਡਣ ਨੀ ਦਿੰਦੇ। ਡੋਡਿਆਂ ਦੀ ਖੇਤੀ ਲਾਜ਼ਮੀ ਹੋਣੀ ਚਾਹੀਦੀ ਆ। ਦੇਖੋ ਜਿਹਨੇ ਖਾਣੇ ਹੁਣ ਚੱਲ ਕੇ ਆਉਂਦਾ ਭੈਣ ਯੂਪੀ ਬਿਹਾਰ ਚੋਂ, ਪੈਸਾ ਨਾਲ ਉਧਰ ਜਾਂਦਾ, ਕੇਜਰੀਵਾਲ ਦਾ ਡਰਾਈਵਰ ਬੜਾ ਹੈ। ਰੋਸ਼ਨੀ ਆਉਂਦੀ ਹੈ ਇਧਰੋਂ, ਸੂਰਜ ਦੀ ਰੋਸ਼ਨੀ ਆਉਂਦੀ ਹੈ। ਹਾਂਜੀ ਹਾਂਜੀ, ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਵਾ ਉਹ ਚਿੱਟੇ ਤੋਂ ਬਚ ਜਾਵੇ। ਮਾਰਨ ਛੱਡਿਆ ਕਿਤੇ ਕਿੱਥੇ, ਜਿੱਥੇ ਦੇਖਦੇ ਆ ਉੱਥੇ ਪਾਰਟੀ ਕੱਟੀ ਹੋ ਕੇ ਮਾਰਿਆ ਜੀ। ਜਿੰਨੇ ਵੀ ਨਿਕਲੇ ਹੁਣ, ਜਿੰਨੇ ਵੀ ਨਿਕਲਣ ਨੂੰ ਜੀ ਕਰਦਾ ਵੀ ਕਿਹੜੇ ਵੇਲੇ ਸਾਡੇ ਮਾਸੜਾ ਰੋਤਿਆ ਮੰਗੀ ਜਾਂਦੇ ਆ, ਆਹ ਬੁੜਾ ਵਾ, ਆਹ ਬੁੜੇ ਦੇ ਖੂੰਡੀ ਆ, ਖੂੰਡੀ ਲਾ ਕੇ ਨਾ ਬੱਚਿਆ ਜੇਬ ਚ ਪਟਾਓ, ਜੇਬ ਖੋਲੀ ਜੇ ਪੰਜਾਬ ਦੇ ਵਿੱਚ। ਪੰਜਾਬ ਜਿਹੜਾ ਬਦਲਾਵ ਆਇਆ ਤੁਸੀਂ ਦੇਖ ਰਹੇ ਹੋ, ਸੋਚ ਬਦਲੂਗਾ ਤਾਂ ਸਮਾਜ ਬਦਲੂਗਾ। ਹੁਣ ਅਗਲੇ ਪਿੰਡ ਕਿੱਥੇ ਚੱਲਦੇ ਹੈਗੇ ਆ? ਭਗਵੰਤ ਮਾਨ ਜੀ, ਤੁਸੀਂ ਜੇ ਤੁਹਾਡੇ ਹੋਰ ਜਿਹੜੇ ਨੁਮਾਇੰਦੇ ਹੈਗੇ ਦੇਖ ਰਹੇ ਨੇ, ਇਹਨਾਂ ਲੋਕਾਂ ਵੱਲ ਜ਼ਰੂਰ ਗੌਰ ਕਰੋ ਤਾਂ ਕਿ ਪੰਜਾਬ ਵਿੱਚ ਬਦਲਾਵ ਆਵੇ, ਸੱਚਮੁੱਚ ਬਦਲਾਵ ਆਵੇ। ਪਾਰਟੀਆਂ ਖੋਲਦੀਆਂ ਉਹਦੀਆਂ, ਆਰਮੀ ਅਤੇ ਟੀਵੀ ਦੋਵੇਂ ਵਿਚਾਰੇ ਚੁੱਪ ਕਰਕੇ, ਮੁੰਡੇ ਜਾਨੋ ਚੱਕੀ ਕੁਰਬਾਨ, ਉਦੋਂ ਉਹਨੂੰ ਭੱਜ ਗਏ ਚੋਰ, ਖੋਲ੍ਹ ਕੇ ਲੈ ਗਏ। ਕਿਹੜਾ ਬਚਾ ਕਿਹੜਾ ਹੈਗਾ, ਕਿਹਦਾ ਬਚਾ ਕਰਾਂਗੇ? ਪੁਲਿਸ ਜ਼ਿਆਦਾ ਚਾਹੀਦੀ ਹੈ, ਪੁਲਿਸ ਘੱਟ ਨਹੀਂ, ਪੁਲਿਸ ਬਥੇਰੀ ਆ, ਅੱਗ ਲਾਈ ਮੁੱਕਦੀ ਨਹੀਂ, ਪੁਲਿਸ ਫੜਦੀ ਨਹੀਂ, ਫੜਦੀ ਨਹੀਂ ਹੈਗੀ। ਹਾਂ ਫੜਦੀ ਨਹੀਂ ਹੈਗੀ, ਜਾਣੀ ਕਿ ਕੰਮ ਹੋ ਨਹੀਂ ਰਿਹਾ ਹੈਗਾ, ਜਾਣੀ ਕਹਿਣ ਦਾ ਮਤਲਬ ਇਹ ਹੈਗਾ। ਚਲੋ ਇਹਦੇ ਵੱਲ ਧਿਆਨ ਦਿਓ ਸਰ।